ਜਦ ਆਪਾਂ ਪੰਜਾਬੀ ਡਿਸ਼ ਚੈਨਲ 'ਤੇ ਲੈ ਕੇ ਆਏ ਜੀ ਪੇਠਾ, ਅਤੇ ਆਪਾਂ ਇਸ ਤਰੀਕੇ ਨਾਲ ਬਣਾਵਾਂਗੇ ਪੇਠੇ ਨੂੰ। ਅਤੇ ਪਹਿਲਾਂ ਧੋ ਲਿਆ ਅਤੇ ਕੱਟ ਲਿਆ, ਅਤੇ ਹੁਣ ਆਪਾਂ ਬਾਕੀ ਸਾਰਾ ਤੜਕੇ ਦਾ ਸਮਾਨ ਵੀ ਕੱਟ ਲਿਆ। ਅਤੇ ਕੱਟ ਕੇ ਅਤੇ ਹੁਣ ਆਪਾਂ ਇੱਕ ਗਰੈਂਡਰ ਜਾਰ ਲੈ ਲੈਂਦੇ ਹਾਂ, ਅਤੇ ਆਪਾਂ ਉਹਦੇ ਵਿੱਚ ਪਾ ਲੈਂਦੇ ਜੀ ਪਿਆਜ਼, ਅਦਰਕ, ਹਰੀਆਂ ਮਿਰਚਾਂ, ਲਸਣ, ਟਮਾਟਰ ਵਗੈਰਾ ਸਾਰਾ ਪਾ ਕੇ, ਅਤੇ ਆਪਾਂ ਇਹਨੂੰ ਕਰ ਲੈਂਦੇ ਹਾਂ ਜੀ ਗਰੈਂਡ। ਆਪਾਂ ਇਹਨੂੰ ਹੁਣ ਆਪਣਾ ਇਹ ਹੁਣ ਗਰੈਂਡ ਹੋ ਚੁੱਕਿਆ, ਅਤੇ ਹੁਣ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਕੱਢ ਲੈਂਦੇ ਹਾਂ ਜੀ। ਅਤੇ ਵੀਡੀਓ ਵਧੀਆ ਲੱਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਅਤੇ ਕਮੈਂਟ ਕਰਕੇ ਵੀ ਦੱਸਿਓ ਕਿੱਦਾਂ ਦੀ ਲੱਗੀ। ਜਿਹੜੇ ਨਵੇਂ ਆਏ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਅਤੇ ਹੁਣ ਆਪਾਂ ਇੱਕ ਕੜਾਹੀ ਦੇ ਵਿੱਚ ਤੇਲ ਪਾ ਲਿਆ ਜੀ, ਅਤੇ ਤੇਲ ਗਰਮ ਹੋ ਚੁੱਕਿਆ, ਇਹਦੇ ਵਿੱਚ ਪਾ ਲੈਂਦੇ ਜੀਰਾ ਆਪਾਂ, ਅਤੇ ਜੀਰਾ ਆਪਣਾ ਹੁਣ ਇਹ ਭੁੱਜ ਗਿਆ, ਅਤੇ ਹੁਣ ਵਿੱਚ ਆਪਾਂ ਸਾਰਾ ਗਰੈਂਡ ਕੀਤਾ ਵਾ ਸਮਾਨ ਪਾ ਕੇ, ਅਤੇ ਇਹਨੂੰ ਵੀ ਆਪਾਂ ਭੁੰਨ ਲੈਂਦੇ ਹਾਂ ਚੰਗੀ ਤਰ੍ਹਾਂ। ਅਤੇ ਆਪਣਾ ਹੁਣ ਇਹ ਵਧੀਆ ਭੁੱਜ ਚੁੱਕਿਆ, ਅਤੇ ਹੁਣ ਆਪਾਂ ਪਾ ਲੈਂਦੇ ਹਾਂ ਜੀ ਇੱਕ ਚਮਚਾ ਨਮਕ, ਲਾਲ ਮਿਰਚ, ਹਲਦੀ ਪਾਊਡਰ, ਧਨੀਆ ਮਸਾਲਾ, ਗਰਮ ਮਸਾਲਾ ਪਾ ਕੇ ਵਿੱਚ, ਅਤੇ ਇਹਨੂੰ ਆਪਾਂ ਥੋੜ੍ਹਾ ਜਿਹਾ ਸੇਕ ਲਵਾ ਲੈਂਦੇ ਹਾਂ ਮਿਕਸ ਕਰਕੇ। ਅਤੇ ਆਪਣਾ ਮਸਾਲਾ ਵਧੀਆ ਬਣ ਗਿਆ, ਅਤੇ ਹੁਣ ਵਿੱਚ ਆਪਾਂ ਪਾ ਲੈਂਦੇ ਜੀ ਥੋੜ੍ਹਾ ਜਿਹਾ ਗੁੜ। ਗੁੜ ਨਾਲ ਪੇਠੇ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਬਣਦਾ, ਅਤੇ ਨਾਲੇ ਮਸਾਲਾ ਵੀ ਬਹੁਤ ਵਧੀਆ ਬਣਦਾ, ਬਹੁਤ ਲਾਵਟਦਾਰ ਮਸਾਲਾ ਬਣਦਾ ਜੀ ਗੁੜ ਨਾਲ। ਅਤੇ ਹੁਣ ਆਪਾਂ ਵਿੱਚ ਪਾ ਦੇਣੇ ਮੋਟੇ ਕੱਟੇ ਹੋਏ ਪਿਆਜ਼। ਪਿਆਜ਼ ਆਪਾਂ ਉੱਧਰ ਵੀ ਪਾਏ ਸੀ, ਪਰ ਇੱਧਰ ਪੇਠੇ ਦੇ ਵਿੱਚ ਅੱਧ ਦੇ ਪਿਆਜ਼ ਪਾਏ, ਹੁਣ ਤਾਂ ਬਹੁਤ ਟੇਸਟੀ ਪੇਠਾ ਬਣਦਾ। ਅਤੇ ਹੁਣ ਵਿੱਚ ਆਪਾਂ ਕੱਟਿਆ ਹੋਇਆ ਪੇਠਾ ਪਾ ਦਿੰਦੇ ਹਾਂ ਜੀ, ਅਤੇ ਇਹਨੂੰ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ, ਅਤੇ ਕਰਕੇ ਅਤੇ ਆਪਾਂ ਹੁਣ ਥੋੜ੍ਹਾ ਜਿਹਾ ਚਿਰ ਇਹਨੂੰ ਆਪਾਂ ਢੱਕ ਦਿੰਦੇ ਹਾਂ, ਅਤੇ ਭਾਫ਼ ਨਾਲ ਬਹੁਤ ਹੀ ਵਧੀਆ ਟੇਸਟੀ ਪੇਠਾ ਬਣ ਜੂਗਾ ਆਪਣਾ। ਅਤੇ ਹੁਣ ਆਪਣਾ ਇਹ ਪੇਠੇ ਦੀ ਸਬਜ਼ੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਈ ਹੈ ਜੀ। ਅਤੇ ਤੁਹਾਨੂੰ ਥੋੜ੍ਹੀ ਵਧੀਆ ਲੱਗੀ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ।